ਜਾ ਵਿਸ਼ਾਲ ਕੁਸ਼ਤੀ ਜੰਗਲ ਜਿਹੜਾ ਕਰਾਇਆ ਜਾ ਰਿਹਾ ਚਮਕੌਰ ਸਾਹਿਬ ਵੱਲੋਂ ਸਿੰਘਾਂ ਵੱਲੋਂ, ਜੋ ਕਿ ਜਥੇਦਾਰ ਬਾਬਾ ਗੁਰਨਾਮ ਸਿੰਘ ਜੀ ਨਿਹੰਗ ਸਿੰਘ ਫੌਜਾਂ ਵੱਲੋਂ ਕਰਾਇਆ ਜਾ ਰਿਹਾ, ਜੋ ਕਿ ਅੱਜ ਅਸੀਂ ਤੁਹਾਨੂੰ ਸਾਰਾ ਲਾਈਵ ਤਸਵੀਰਾਂ ਕਰਾਉਂਦੇ ਅਤੇ ਬਾਬਾ ਜੀ ਨਾਲ ਗੱਲ ਕਰਦੇ ਹਾਂ ਵੀ ਕਿੰਨੇ ਸਾਲਾਂ ਤੋਂ ਇਹ ਜਿਹੜਾ ਪ੍ਰੋਗਰਾਮ ਆ ਚੱਲ ਰਿਹਾ। ਅਤੇ ਸਾਡੇ ਨਾਲ ਜਿਹੜੇ ਇਸ ਕੁਸ਼ਤੀ ਦੰਗਲ ਦੇ ਮੁਖੀ ਨੇ ਬਾਬਾ ਹਰਨਾਮ ਸਿੰਘ ਜੀ, ਉਹਨਾਂ ਨਾਲ ਆਪਾਂ ਗੱਲ ਕਰਾਂਗੇ, ਅਤੇ ਨਾਲ ਉਹਨਾਂ ਦੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ। ਅਤੇ ਮੈਂ ਬੇਨਤੀ ਕਰਦਾ ਇਹਨਾਂ ਸਾਰਿਆਂ ਨੂੰ ਵੀ ਆਪਣਾ ਜਿਹੜਾ ਇਹ ਦੰਗਲ ਆ ਇਹਦੇ ਬਾਰੇ ਦੱਸਣ ਕਰਾਂਗੇ ਬਾਬਾ ਜੀ ਨਾਲ, ਜੋ ਕਿ ਤੀਜਾ ਵਿਸ਼ਾਲ ਕੁਸ਼ਤੀ ਦੰਗਲ ਜਿਹੜੇ ਕਰਾ ਰਹੇ ਨੇ। ਆਪਾਂ ਗੱਲ ਕਰਾਂਗੇ ਇਹਨਾਂ ਨਾਲ ਵੀ ਕਿੱਦਾਂ ਦਾ ਇਹ ਪ੍ਰੋਗਰਾਮ ਆ, ਸਾਰਾ ਕੀ ਹੁੰਦਾ, ਕਿਉਂਕਿ ਇਹ ਕੁਛ ਵੱਖਰੀ ਚੀਜ਼ ਹੈਗੀ ਆ, ਜੋ ਆਮ ਕੁਸ਼ਤੀਆਂ ਹੁੰਦੀਆਂ ਉਹਨਾਂ ਨਾਲ ਕੁਛ ਵੱਖਰਾ। ਹਾਂਜੀ ਬਾਬਾ ਜੀ, ਆਮ ਕੁਸ਼ਤੀਆਂ ਨਾਲ ਜੀ ਇਹਦੇ ਵਿੱਚ ਕੋਈ ਖਾਸ ਵੱਖਰੀ ਖੇਡ ਨਹੀਂ ਹੈ, ਠੀਕ ਹੈ ਜੀ। ਇੱਕ ਗੇਮ ਆ, ਇਹ ਸੰਸਾਰ ਖਾਸ ਕਰਕੇ ਪੰਜਾਬ ਨੂੰ ਦੱਸਣ ਵਾਸਤੇ ਆ ਵੀ ਕੋਈ ਜ਼ਰੂਰੀ ਨਹੀਂ ਵੀ ਮੁੰਨਿਆ ਹੋਏ ਘੁਲ ਸਕਦਾ। ਇਹ ਜਟਾ ਜੂਟ ਮੁਕਤ ਸਿਰ ਹੋਏ ਮੁਕਤ ਫਿਰ ਬੰਧਨ ਨਾ ਕੋਏ। ਜਾਂ ਸਾਡੇ ਆਉਣ ਵਾਲੇ ਬੱਚੇ ਪੈਰਾਂ ਤੋਂ ਲੈ ਕੇ ਸਿਰ ਤੱਕ ਜਟਾ ਜੂਟ ਹੋਣਗੇ, ਇਹਨਾਂ ਵਿੱਚ ਜੈਸਾ ਬੱਚਾ ਜੰਮਦਾ ਉਸੇ ਰਹਿਣਗੇ, ਇਹਨਾਂ ਵਿੱਚ ਬਲ ਵਧੂਗਾ, ਠੀਕ ਹੈ ਜੀ। ਕਹਿਣ ਦਾ ਬਾਬਾ ਜੀ ਦਾ ਇਹ ਹੈ ਵੀ ਇਹ ਸਰਦਾਰ ਗੁਰਸਿੱਖ ਜਿਹੜੇ ਮੁੰਡੇ ਆ ਉਹਨਾਂ ਦੀਆਂ ਕੁਸ਼ਤੀਆਂ ਹੋ ਰਹੀਆਂ, ਜਿਨ੍ਹਾਂ ਨੇ ਸਿਰ 'ਤੇ ਕਹਿੰਦਾ ਜਸਤਾਰ ਰੱਖੀ ਹੁੰਦੀ ਆ, ਕਿਉਂਕਿ ਆਮ ਦੇਖਣ ਜਾਂਦਾ ਆਮ ਕੁਸ਼ਤੀਆਂ ਦੇ ਵਿੱਚ ਅਸੀਂ ਦੇਖਿਆ ਵੀ ਕਿਸੇ ਦੇ ਸਿਰ ਦੇ ਉੱਤੇ ਵਾਲ ਨਹੀਂ ਹੁੰਦੇ, ਅਤੇ ਇਹ ਇਹਦੇ ਵਿੱਚ ਆਪਾਂ ਕਹਿ ਸਕਦੇ ਵੀ ਇਹ ਸਰਦਾਰ ਬੱਚੇ ਨੇ ਕੁਸ਼ਤੀ। ਆਮ ਕਹਿ ਰਹੇ ਨੇ ਜੀ ਵੀ ਗੁਰਸਿੱਖ ਬੱਚਾ ਘੁਲ ਨਹੀਂ ਸਕਦਾ। ਕਿਉਂ ਨਹੀਂ ਘੁਲ ਸਕਦਾ? ਇੱਕ ਗੇਮ ਆ, ਘੁਲ ਸਕਦਾ, ਹਰੇਕ ਗੇਮ ਕਰ ਸਕਦਾ। ਹਾਲਾਂਕਿ ਸਾਨੂੰ ਜ਼ਰੂਰਤ ਆ ਸਾਫ ਸੂਰਤ ਬੱਚਿਆਂ ਦੀ। ਗੁਰੂ ਗੋਬਿੰਦ ਸਿੰਘ ਨੇ ਬਾਬਾ ਜੀ ਇਸ ਗੜੀ ਦੇ ਵਿੱਚ ਸਰਬੰਸ ਵਾਰਿਆ। ਤੇ ਇਹ ਕਿੰਨੇ ਸਾਲ ਤੋਂ ਬਾਬਾ ਜੀ ਆਪਾਂ? ਇਹ ਬਾਬਾ ਜੀ ਤੀਆ ਹੋ ਰਿਹਾ ਜੀ, ਤੀਜਾ ਹੋ। ਹਾਂਜੀ, ਕੀ ਕਿਸੇ ਕਹਿੰਦਾ ਬਾਬਾ ਸੰਯੋਗ ਆ ਰਿਹਾ ਸ਼ਹਿਰ ਵੱਲੋਂ? ਕੋਈ ਸੰਯੋਗ ਬਾਬਾ ਜੀ, ਸਿਰਫ ਕਿਸੇ ਦਾ ਕੋਈ ਸੰਯੋਗ ਨਾ ਮੰਗਿਆ ਜੀ। ਇਹਦੇ ਵਿੱਚ ਸਾਧੂ ਮਹੰਤ ਸਾਡੀ ਆਪਣੀ ਓ ਸਾਧ ਸੰਗਤ ਜੀ, ਔਰ ਜਿਹੜੇ ਗੁਰਸਿੱਖਾਂ ਦੇ ਵਿੱਚ ਜਿਹੜੇ ਸ਼ੌਂਕ ਰੱਖਦੇ ਨੇ ਵੀ ਜਦ ਸਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਜਟਾ ਜੂਟ ਹੋਣ, ਤਿਆਰ ਪਰ ਤਿਆਰ ਹੋਣ, ਦੇਸ਼ ਦੀ ਸੇਵਾ ਕਰਨ, ਉਹ ਸਿੱਖ ਧਰਮ ਨਾਲ ਸੰਬੰਧ ਰੱਖਦੇ ਆ, ਉਹਨਾਂ ਦੀ ਖੇਡ ਆ, ਹੋਰ ਕਿਸੇ ਕਮੇਟੀ ਦੀ ਨਹੀਂ, ਕਿਸੇ ਕਿਸੇ ਜਥੇਬੰਦੀ ਨਹੀਂ, ਕਿਸੇ ਉਹਦੀ ਨਹੀਂ ਹੈ ਜੀ। ਪੰਥ ਦੀ ਖੇਡ ਆ ਜੀ, ਵੀ ਜਿਵੇਂ ਹਨੂੰਮਾਨ ਸਿੰਘ ਜੀ ਦੇ ਨਾਂ 'ਤੇ ਹੋ ਰਿਹਾ ਜੀ ਇਹ ਜੋੜ ਮੇਲਾ, ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ। ਇਹ ਜਿਹੜਾ ਕੁਸ਼ਤੀ ਦੰਗਲ ਕਰਾਇਆ ਰਿਹਾ ਬਾਬਾ ਹਨੂੰਮਾਨ ਸਿੰਘ ਜੀ, ਜੋ ਕਿ ਜਿਨ੍ਹਾਂ ਦਾ ਸਮਾਣਾ ਸਾਹਿਬ ਦੇ ਵਿੱਚ ਵੀ ਬਹੁਤ ਵੱਡਾ ਦੁਆਰ ਸਾਹਿਬ ਬਣਾਇਆ ਗਿਆ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦਾ ਆਸ਼ੀਰਵਾਦ ਲੈ ਕੇ ਇਹ ਜਿਹੜੇ ਕੁਸ਼ਤੀ ਦੰਗਲ ਕਰਾਇਆ ਜਾ ਰਿਹਾ। ਸਾਡੇ ਨਾਲ ਜਿਹੜੀਆਂ ਵੀ ਕਹਿੰਦਾ ਬੁੱਢਾ ਦਲ ਦੀਆਂ ਫੌਜਾਂ ਜਿਹੜੀਆਂ ਜੁੜੀਆਂ, ਆਪਾਂ ਉਹਨਾਂ ਦੇ ਜਿਹੜੇ ਮੁਖੀ ਨੇ ਇੱਥੇ ਬਾਬਾ ਗੁਰਨਾਮ ਸਿੰਘ ਜੀ, ਉਹਨਾਂ ਨਾਲ ਵੀ ਗੱਲ ਕਰਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਜੋ ਅਸੀਂ ਕੁਸ਼ਤੀ ਦੰਗਲ ਦਾ ਬਾਬਾ ਜੀ ਲਿਖੇ ਤਰਿਆ ਜੀ, ਤੇਈਆ ਕੁਸ਼ਤੀ ਜੰਗਲ ਹੈ ਜੀ, ਜੱਡਾ ਜੂਟ ਕੁਸ਼ਤੀ ਦੰਗਲ ਪਚੰਗ ਹੈ। ਬਾਬਾ ਹਰਗੋਬਿੰਦ ਸਾਹਿਬ ਨੇ ਵੀ ਕੁਸ਼ਤੀਆਂ ਲੜੀਆਂ ਜੀ। ਅਸੀਂ ਇਹ ਆ ਬੱਚਿਆਂ ਨੂੰ ਥੋੜ੍ਹਾ ਜਿਹਾ ਨੂੰ ਕਹਿੰਦੇ ਵੀ ਨਸ਼ਿਆਂ 'ਤੇ ਰਹਿਤ ਹੋ ਜਾਣ, ਜੋ ਬੱਚਾ ਛੋਟਾ ਜਿਹਾ ਹੁਣ ਤਾਂ ਸਰੀਰ ਨੂੰ ਸੰਭਾਲਣ ਲੱਗ ਜੂੰਗਾ ਜੀ, ਐਂ ਸਦਾ ਤੱਕ ਬੁਲੰਦ ਰਹੂੰਗਾ ਜੀ, ਚੜ੍ਹਦੀ ਕਲਾ ਰਹੂੰਗੀ। ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਬਾਬਾ ਫਤਿਹ ਸਿੰਘ, ਜ਼ੋਰਾਵਰ ਸਿੰਘ, ਚੜ੍ਹਦੀ ਕਲਾ ਕਰੇ ਉਹਨਾਂ ਨੂੰ ਮਾਰਾ ਬਲ ਬਖਸ਼ੇ। ਬਾਬਾ ਹਨੂੰਮਾਨ ਸਿੰਘ ਦੀ ਇਹ ਕੁਸ਼ਤੀ ਦੰਗਲ ਉਹਨਾਂ ਦੀ ਯਾਦਗਾਰੀ 'ਚ ਕਰਾ ਰਿਹਾ ਜੀ। ਇਹ ਤੀਸਰਾ ਕੁਸ਼ਤੀ ਦੰਗਲ ਆ ਜੀ ਇਹ, ਕੋਈ ਸਾਡੀ ਕਿਸੇ ਨਾਲ ਜੀ ਲੜਾਈ ਨਹੀਂ, ਕੋਈ ਯਾਦ ਨਹੀਂ, ਕੋਈ ਨਹੀਂ ਪਾਣੀ ਕਿਸੇ ਨਾਲ ਸਾਡੀ, ਉਹ ਨਹੀਂ। ਅਸੀਂ ਤਾਂ ਗੁਰੂ ਪੰਥ ਦੇ ਨਾਲ ਆ ਜੀ, ਗੁਰੂ ਪੰਥ ਦੇ ਅਧੀਨ ਆ ਜੇ ਵਿੱਚ ਕੰਮ ਕਰਨੇ, ਜੋ ਪੰਥ ਦੇ ਸਿੰਘ ਆ ਇਹ ਸਾਡੇ ਨਾਲ ਆ ਵੀਰ ਜੀ, ਸਾਡੇ ਸਾਰੇ ਭੈਣ ਭਾਈ ਨਾਲ ਮਿਲ ਕੇ ਕਰਾ ਰਹੇ ਹਾਂ। ਕੋਈ ਸਾਡੀ ਕਿਸੇ ਨਾਲ ਕੋਈ ਉਹ ਨਹੀਂ ਹੈ ਜੀ ਮਦਦ, ਕੋਈ ਅਸੀਂ ਆਪਣੇ ਜੋ ਸਿੰਘ ਸਾਨੂੰ ਲਿਆ ਕੇ ਰਸਤਾ ਪਤਾ ਪੈਸੇ ਦਿੰਦੇ ਆ ਵਿਚਾਰੇ, ਉਹ ਅਸੀਂ ਇੱਥੇ ਦਿੰਦੇ ਹਾਂ, ਦਾਨ ਕਰਦੇ ਹਾਂ ਬਾਬਾ ਜੀ, ਪਹਿਲਵਾਨਾਂ ਨੂੰ ਦਾਨ ਕਰਦੇ ਹਾਂ। ਵਾਹਿਗੁਰੂ ਜੀ, ਅਸੀਂ ਆਸ ਰੱਖਦੇ ਹਾਂ ਆਉਣ ਵਾਲੀ ਸੰਗਤ ਤੋਂ ਵੀ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਇਹਨਾਂ ਜਥਾਬੰਦੀਆਂ ਦਾ, ਕਿਉਂਕਿ ਜਿਹੜਾ ਇਹ ਇੱਕ ਬਹੁਤ ਵਧੀਆ ਇੱਕ ਲਹਿਰ ਜਿਹੜੀ ਚਲਾਈ ਹੈ ਇਹਨਾਂ ਨੇ ਗੁਰਸਿੱਖ ਨੌਜਵਾਨ ਛੋਟੇ ਬੱਚਿਆਂ ਨੂੰ, ਕਿਉਂਕਿ ਜਿਹੜਾ ਸਿੱਖੀ ਨਾਲ ਜੋੜਨ ਦਾ ਇੱਕ ਬਹੁਤ ਵੱਡਾ ਯਤਨ ਕੀਤਾ ਜਾ ਰਿਹਾ। ਅਤੇ ਸਾਡੇ ਨਾਲ ਵਿਸ਼ਵਕਰਮਾ ਭਵਨ ਦੇ ਜੋ ਕਿ ਪ੍ਰਧਾਨ ਨੇ ਉਹ ਵੀ ਜੁੜੇ ਨੇ, ਆਪਾਂ ਉਹਨਾਂ 'ਤੇ ਵੀ ਗੱਲਬਾਤ ਕਰਾਂਗੇ। ਹਾਂਜੀ ਪ੍ਰਧਾਨ ਜੀ, ਕੀ ਕਹੋਗੇ ਕੁਸ਼ਤੀ ਦੰਗਲ ਬਾਰੇ? ਬਸ ਕੁਸ਼ਤੀ ਦੰਗਲ ਬੱਚਿਆਂ ਵਾਸਤੇ ਵੀ ਜਿਹੜੇ ਬੱਚੇ ਨਸ਼ੇ ਤੋਂ ਰਹਿਤ ਹੋਣ, ਇਸ ਕਰਕੇ ਛੋਟੇ ਬੱਚੇ ਇਹਦੇ ਵਿੱਚ ਭਾਗ ਲੈਣ, ਵਧੀਆ ਗੱਲ। ਅਤੇ ਗੁਰਸਿੱਖੀ ਦਾ ਕਿੰਨਾ ਕੁ ਅਸਰ ਪਊਗਾ ਇਹਦੇ ਨਾਲ? ਹਾਂ, ਦੇਖਣ ਦੇ ਨਾਲ ਅਸਰ ਤਾਂ ਪਊਗਾ ਹੀ, ਹਾਂ, ਹੌਲੀ 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 ਅਸਰ ਬੱਚੇ ਤੋਂ ਪਏਗਾ ਜੀ। ਚਲੋ, ਇਹ ਸੀ ਸਾਡੇ ਨਾਲ ਅੱਜ ਦੇ ਜਿਹੜੇ ਜਥੇਬੰਦੀਆਂ ਜਿਹੜਾ ਕਹਿੰਦਾ ਤੀਜਾ ਦੰਗਲ ਕਰਾਇਆ ਜਾ ਰਿਹਾ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ।